ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਜੋ ਕਿ ਇੱਕ ਬਾਇਓਪਿਕ ਹੋਣ ਵਾਲੀ ਹੈ, ਫਿਲਮ ਦਾ ਨਾਮ ਪੰਜਾਬ 95। ਇਹ ਫਿਲਮ ਦੀ ਸਟੋਰੀ ਹੈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ, ਜਿਨ੍ਹਾਂ ਨੇ ਆਲਵੇਜ਼ ਹਿਊਮਨ ਰਾਈਟ ਦੀ ਗੱਲ ਕੀਤੀ ਹੈ। ਅਤੇ ਇਹ ਫਿਲਮ ਹਜੇ ਵੀ ਐਡੀਟਿੰਗ ਦੇ ਵਿੱਚ ਹੀ ਸਟੱਕ ਹੋ ਰੱਖੀ ਹੈ ਕਿਉਂਕਿ ਸੈਂਸਰ ਬੋਰਡ ਦੀਆਂ ਡਿਮਾਂਡਾਂ ਵੱਧਦੀਆਂ ਹੀ ਜਾ ਰਹੀਆਂ ਨੇ। ਪਹਿਲਾਂ ਮੇਕਰਸ ਨੂੰ ਰਿਕੁਐਸਟ ਕੀਤੀ ਸੀਗੀ ਸੈਂਸਰ ਬੋਰਡ ਨੇ 85 ਕੱਟ ਲਾਉਣ ਦੇ ਲਈ ਫਿਲਮ ਦੇ ਵਿੱਚ, ਅਤੇ ਹੁਣ ਕੱਟਸ ਦੀ ਡਿਮਾਂਡ ਹੋਰ ਵੱਧ ਚੁੱਕੀ ਹੈ, 85 ਤੋਂ 120 ਕੱਟਸ ਤੱਕ ਆ ਚੁੱਕੀ ਹੈ। ਰਿਪੋਰਟਸ ਫਿਲਹਾਲ ਇਹ ਕਹਿ ਰਹੀਆਂ ਨੇ। CBFC ਯਾਨੀ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਟ ਦੇ ਚੇਅਰਮੈਨ ਪ੍ਰਸੂਨ ਜੋਸ਼ੀ ਨੇ ਇੱਕ ਹੋਰ ਚੀਜ਼ ਕਹੀ ਹੈ ਕਿ ਇਹ ਫਿਲਮ ਦਾ ਟਾਈਟਲ ਵੀ ਚੇਂਜ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਹ ਫਿਲਮ ਦਾ ਟਾਈਟਲ ਸਤਲੁਜ ਹੋਣਾ ਚਾਹੀਦਾ ਹੈ ਇਨਸਟੈਡ ਆਫ ਪੰਜਾਬ 95। ਅਤੇ ਜੋ ਹੈ ਇਹ ਟਾਈਟਲ ਚੇਂਜ ਕਰਕੇ ਫਿਲਮ ਦਾ ਉਹ ਮੇਨ ਪਾਰਟ ਹੀ ਮਰ ਜੂਗਾ, ਕਿਉਂਕਿ ਇਹ ਮੇਨ ਫਿਲਮ ਦਿਖਾਈ ਗਈ ਹੈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ, ਉਹਨਾਂ ਦੀ ਬਾਇਓਪਿਕ ਹੈ। ਅਤੇ ਅਗਰ ਇਹ ਫਿਲਮ ਦੇ ਵਿੱਚ ਇੰਨੇ ਜ਼ਿਆਦਾ ਕੱਟਸ ਲਾਏ ਜਾਣਗੇ, ਫਿਲਮ ਦਾ ਟਾਈਟਲ ਚੇਂਜ ਕਰ ਦਿੱਤਾ ਜਾਊਗਾ, ਇਹਦੇ ਕਰਕੇ ਉਹ ਫਿਲਮ ਦੀ ਮੇਨ ਆਇਡੈਂਟੀ ਹੀ ਮਰ ਜੂਗੀ, ਇਹ ਮੇਕਰਸ ਦਾ ਕਹਿਣਾ ਹੈ। CBFC ਨੇ ਹੋਰ ਵੀ ਚੀਜ਼ਾਂ ਨੂੰ ਹਟਾਉਣ ਦੀ ਡਿਮਾਂਡ ਕੀਤੀ ਹੈ, ਯਾਨੀ ਫਿਲਮ ਦੇ ਵਿੱਚ ਕਾਫੀ ਸਾਰੇ ਰੈਫਰੈਂਸ ਨੇ ਗੁਰਬਾਣੀ ਦੇ, ਫਿਲਮ ਦੇ ਵਿੱਚ ਪੰਜਾਬ ਨੂੰ ਮੈਂਸ਼ਨ ਕੀਤਾ ਗਿਆ ਹੈ, ਤਰਨ ਤਾਰਨ, ਕੈਨੇਡਾ ਅਤੇ USA ਵਰਗੀਆਂ ਕੰਟਰੀਆਂ ਦੇ ਇੰਟਰਨੈਸ਼ਨਲ ਲਿੰਕ ਵੀ ਫਿਲਮ ਦੇ ਵਿੱਚ ਮੈਂਸ਼ਨ ਕੀਤੇ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਸਾਰੀਆਂ ਚੀਜ਼ਾਂ ਨੂੰ ਹਟਾ ਦਿਓ। ਅਤੇ ਫਿਲਮ ਦੇ ਵਿੱਚ ਕਾਫੀ ਨੈਸ਼ਨਲ ਫਲੈਗਸ ਵੀ ਦੇਖਣ ਨੂੰ ਮਿਲਦੇ ਨੇ, ਜਿਨ੍ਹਾਂ ਨੂੰ ਹਟਾਉਣ ਦੇ ਲਈ ਕਿਹਾ ਹੈ CBFC ਨੇ। ਅਤੇ ਮੂਵੀ ਜੋ ਹੈ ਪਹਿਲਾਂ ਵੀ ਕੋਂਟਰਵਰਸੀ ਦੇ ਵਿੱਚ ਘਿਰੀ ਸੀ 2022 ਦੇ ਵਿੱਚ, ਜਦੋਂ CBFC ਨੇ ਡਿਮਾਂਡ ਕੀਤੀ ਸੀ ਕੱਟਸ ਲਾਉਣ ਦੇ ਲਈ, ਅਤੇ ਉਦੋਂ ਤੋਂ ਬਾਅਦ ਹੁਣ ਤੱਕ ਇਹ ਫਿਲਮ ਕੋਂਟਰਵਰਸੀ ਦੇ ਵਿੱਚ ਹੀ ਹੈ। ਇਹ ਫਿਲਮ ਦੇ ਵਿੱਚ ਜੋ ਦਿਖਾਇਆ ਜਾਊਗਾ ਉਹ ਰੀਅਲ ਲਾਈਫ ਦੇ ਉੱਤੇ ਬੇਸਡ ਹੈ, ਜੋ ਕਿ 1990s ਦੇ ਵਿੱਚ ਹੋਇਆ ਸੀ। ਅਗਰ ਇਹ ਸਾਰੀਆਂ ਚੀਜ਼ਾਂ ਨੂੰ ਮੰਨ ਲਿੱਤਾ ਜਾਂਦਾ ਹੈ ਮੇਕਰਸ ਵੱਲੋਂ, ਤਾਂ ਫਿਲਮ ਨੂੰ ਜੋ ਹੈ ਇਹ ਵੀਕ ਦੇ ਐਂਡ ਤੱਕ ਸਰਟੀਫਿਕੇਟ ਮਿਲ ਜਾਊਗਾ। ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਪ੍ਰੋਟੈਸਟ ਵੀ ਕੀਤਾ ਹੈ ਕੱਟਸ ਦੇ ਅਗੇਂਸਟ, ਵਿੱਚ ਕੱਟਸ ਲਾਉਣ ਦਾ ਮੇਨ ਮਕਸਦ ਇਹ ਹੈ ਕਿ ਫਿਲਮ ਦੇ ਵਿੱਚ ਪੰਜਾਬ ਨੂੰ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ, ਪੰਜਾਬ ਨੂੰ ਆਲਵੇਜ਼ ਜੋ ਹੈ ਪਿੱਛੇ ਧਕੇਲਣ ਦਾ ਹੀ ਮਕਸਦ ਰਿਹਾ ਹੈ ਗਵਰਨਮੈਂਟ ਦਾ, ਪੋਲੀਟੀਸ਼ੀਅਨਸ ਦਾ, ਅਤੇ ਉਹੀ ਚੀਜ਼ ਹੁਣ ਇਹ ਫਿਲਮ ਦੇ ਨਾਲ ਵੀ ਹੋ ਰਹੀ ਹੈ। ਪੰਜਾਬ ਦਾ ਜਿਹੜਾ ਵੀ ਇਤਿਹਾਸ ਹੈ ਉਹਨੂੰ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ, ਇਸੇ ਕਰਕੇ ਇਹ ਫਿਲਮ ਦੇ ਵਿੱਚ ਇੰਨੇ ਸਾਰੇ ਕੱਟਸ ਲਗਾਏ ਜਾ ਰਹੇ ਨੇ। ਜਿਵੇਂ ਕਿ ਹੁਣ ਰੀਸੈਂਟਲੀ ਕੋਂਟਰਵਰਸੀ ਇੱਕ ਹੋਰ ਫਿਲਮ ਦੇ ਨਾਲ ਹੋਈ ਹੈ, ਐਮਰਜੈਂਸੀ ਫਿਲਮ ਦੇ ਨਾਲ, ਜਿਹਦੇ ਵਿੱਚ ਸਿੱਖਾਂ ਨੂੰ ਬਹੁਤ ਗੰਦੇ ਤਰੀਕੇ ਨਾਲ ਮਿਸਰੀਪ੍ਰਜੈਂਟ ਕੀਤਾ ਗਿਆ ਹੈ। ਫਿਲਮ ਨੂੰ ਬੈਨ ਕਰਨਾ ਜ਼ਰੂਰੀ ਵੀ ਸੀਗਾ, ਫਿਲਮ ਦੇ ਵਿੱਚ ਜਿਸ ਤਰ੍ਹਾਂ ਸਿੱਖਾਂ ਨੂੰ ਦਿਖਾਇਆ ਗਿਆ ਸੀ ਉਹ ਬਹੁਤ ਹੀ ਗੰਦਾ ਤਰੀਕਾ ਸੀ, ਬਹੁਤ ਹੀ ਗਲਤ ਤਰੀਕੇ ਨਾਲ ਦਿਖਾਇਆ ਜਾਂਦਾ ਸੀ। ਇਹ ਫਿਲਮ ਕਰਕੇ ਜੋ ਹੈ ਲੋਕਾਂ ਦੇ ਪ੍ਰਤੀ ਗਲਤ ਇਨਫੋਰਮੇਸ਼ਨ ਹੋਣੀ ਸੀ। ਬਾਕੀ ਤੁਹਾਡੀ ਕੀ ਰਾਏ ਪੰਜਾਬ 95 ਫਿਲਮ ਦੇ ਲਈ? ਮੈਨੂੰ ਤਾਂ ਲੱਗਦਾ ਹੈ ਬਹੁਤ ਹੀ ਗਲਤ ਹੈ ਜੋ ਕਿ ਹੋ ਰਿਹਾ ਹੈ। 120 ਕੱਟ ਅਗਰ ਲਾਏ ਜਾਣਗੇ ਫਿਲਮ ਦੇ ਵਿੱਚ, ਫਿਲਮ ਕੁਛ ਵੀ ਨਹੀਂ ਰਹਿ ਜਾਣੀ, ਮੇਨ ਫਿਲਮ ਦੀ ਉਹ ਆਇਡੈਂਟੀ ਹੀ ਖਤਮ ਹੋ ਜਾਣੀ ਹੈ। ਅਤੇ ਅਗਰ ਮੇਕਰਸ ਨਹੀਂ ਮੰਨਣਗੇ ਚੀਜ਼ ਨੂੰ ਤਾਂ ਜੋ ਹੈ CBFC ਨੇ ਰਿਲੀਜ਼ ਹੀ ਨਹੀਂ ਹੋਣ ਦੇਣੀ ਫਿਲਮ। ਸੋ ਮੇਕਰਸ ਵੀ ਜੋ ਹੈ ਵਿੱਚ ਵਿਚਾਲੇ ਫਸ ਚੁੱਕੇ ਨੇ। ਹੁਣ ਦੇਖਦੇ ਹਾਂ ਮੇਕਰਸ ਦਾ ਕੀ ਡਿਸੀਜ਼ਨ ਹੋਊਗਾ। ਤੁਸੀਂ ਕਮੈਂਟ ਕਰਕੇ ਦੱਸੋ ਤੁਹਾਨੂੰ ਕੀ ਲੱਗਦਾ ਹੈ ਫਿਲਮ ਦੇ ਬਾਰੇ। ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ। ਰੱਬ ਰਾਖਾ।